ਦੇਖੋ ਸ਼ਹੀਦ ਅੰਮ੍ਰਿਤਪਾਲ ਜਿਹੜੇ ਕਿ ਪਿਛਲੇ ਦਿਨੀ ਪੰਜਾਬ ਪੁਲਿਸ ਦੇ CIA ਸਟਾਫ ਵੱਲੋਂ ਇੱਕ ਰੇਡ ਕੀਤੀ ਗਈ, ਜਿਹੜੇ ਗੈਰ ਸਮਾਜਿਕ ਤੱਤ ਨੇ, ਬਦਮਾਸ਼ ਜਾਂ ਲੋਕਾਂ ਨੂੰ ਲੁੱਟਣ ਕੁੱਟਣ ਵਾਲੇ, ਉਹਨਾਂ ਦੇ ਕਿਤੇ ਸੂਹ ਮਿਲੀ ਕਿ ਉੱਥੇ ਨਜਾਇਜ਼ ਹਥਿਆਰ ਨੇ, ਤਾਂ ਅੰਮ੍ਰਿਤਪਾਲ ਹੋਰੀ ਉਸ ਟੀਮ ਦੇ ਸ਼ਾਮਿਲ ਸੀ। ਅਚਾਨਕ ਅੱਗੇ ਗੋਲੀ ਚਲਾ ਦਿੱਤੀ ਗਈ ਅਤੇ ਜਿਹਦੇ ਕਰਕੇ ਅੰਮ੍ਰਿਤਪਾਲ ਦੀ ਛਾਤੀ ਦੇ ਵਿੱਚ ਗੋਲੀ ਵੱਜੀ। ਹਸਪਤਾਲ ਤਾਂ ਪਹੁੰਚਾਇਆ ਗਿਆ ਪਰ ਪਰਮਾਤਮਾ ਨੂੰ ਕੁਛ ਹੋਰ ਮਨਜ਼ੂਰ ਸੀ ਅਤੇ ਉਹ ਸ਼ਹੀਦੀ ਪ੍ਰਾਪਤ ਕਰ ਗਏ। ਅਤੇ ਕੱਲ੍ਹ ਜਿਹੜਾ ਜਿਨ੍ਹਾਂ ਦੀ ਭਾਲ ਦੇ ਵਿੱਚ ਅੰਮ੍ਰਿਤਪਾਲ ਹੋਰੀ ਦੀ ਟੀਮ ਗਈ ਸੀ, ਕੱਲ੍ਹ ਉਹ ਵੀ ਕਿਉਂਕਿ ਉਸ ਵੇਲੇ ਭੱਜ ਗਏ ਸੀ, ਉਸ ਤੋਂ ਬਾਅਦ ਕੱਲ੍ਹ ਉਹਨਾਂ ਦੇ ਵਿੱਚੋਂ ਜਿਹੜਾ ਮੇਨ ਸੀਗਾ ਗੈਂਗਸਟਰ ਉਹ ਮੁਕਾਬਲੇ 'ਚ ਮਾਰਿਆ ਗਿਆ। ਤੋ ਅੱਜ ਮੈਂ ਇੱਥੇ ਸ਼ਹੀਦ ਅੰਮ੍ਰਿਤਪਾਲ ਹੋਰਾਂ ਦੇ ਪਰਿਵਾਰ ਨੂੰ ਮਿਲ ਕੇ ਉਹਨਾਂ ਨਾਲ ਹੌਸਲਾ ਅਫਜਾਈ ਕਰਨ ਆਇਆ, ਦੁੱਖ ਸਾਂਝਾ ਕਰਨ ਆਇਆ ਕਿ ਉਹ ਇਕੱਲਾ ਇਸ ਪਿੰਡ ਦਾ ਨਹੀਂ ਪੂਰੇ ਪੰਜਾਬ ਦਾ ਪੁੱਤ ਬਣ ਗਿਆ ਉਹ, ਕਿਉਂਕਿ ਉਹ ਜਿਹੜੇ ਬਦਮਾਸ਼ ਨੇ, ਜਿਹੜੇ ਗੈਂਗਸਟਰ ਨੇ ਮੁਕਾਬਲਾ ਕਰਦਾ ਉਹ ਮਾਰਿਆ ਗਿਆ, ਅਗਲੇ ਦਿਨ ਉਹ ਮਾਰਿਆ ਗਿਆ ਗੈਂਗਸਟਰ, ਹਜੇ ਉਹਨੇ ਪਤਾ ਨਹੀਂ ਕਿੰਨੇ ਕੁ ਹੋਰ ਮਾਰਨੇ ਸੀ। ਪਤਾ ਲੱਗਿਆ ਕਿ ਉਹਦੀ ਕੋਈ ਡੈੱਡ ਬੋਡੀ ਲੈਣ ਨਹੀਂ ਆ ਰਿਹਾ ਉੱਥੇ, ਮਤਲਬ ਜਿੱਥੇ ਉਹਦੀ ਡੈੱਡ ਬੋਡੀ ਪਈ ਆ ਹੋਸਪਿਟਲ 'ਚ। ਸੋ ਅੰਮ੍ਰਿਤਪਾਲ ਪਿੰਡ ਦਾ ਹੀਰਾ ਸੀ, ਸਾਰਾ ਪਿੰਡ ਇਸ ਗੱਲੋਂ ਗਮਗੀਨ ਹੈ ਕਿ ਸਾਡੇ ਪਿੰਡ ਦਾ ਹੀਰਾ ਗੁਆਚ ਗਿਆ। ਤੋ ਉਹਨਾਂ ਦੀ ਯਾਦ ਦੇ ਵਿੱਚ ਸਟੇਡੀਅਮ ਅਤੇ ਜਿੰਨਾ ਵੀ ਕੁਝ ਪੰਚਾਇਤ ਜਾਂ ਪਰਿਵਾਰ ਕਹੂਗਾ ਅਸੀਂ ਪਰਿਵਾਰ ਦੇ ਨਾਲ ਖੜਾਂਗੇ। ਸਾਡੇ ਨਗਰ ਪਰ ਇੱਕ ਤਰ੍ਹਾਂ ਫਖਰ ਵੀ ਹੈਗਾ, ਪਿਤਾ ਇੱਕ ਸ਼ਹੀਦ ਦਾ ਪਿਤਾ ਏਡੇ ਵੱਡਾ, ਇੱਕ ਫਖਰ ਦੀ ਗੱਲ ਵੀ ਹੈਗੀ, ਹਾਂਜੀ ਕੌਮ ਦਾ ਹੋ ਗਿਆ, ਪਿੰਡ ਦਾ ਹੋ ਗਿਆ। ਨਾ ਕੋਈ ਮੋੜ ਸਿੱਧਾ ਕਰਦਾ, ਉਹ ਮੋੜ ਹੀ ਸਿੱਧਾ ਕਰ ਦੋ, ਗੱਲ ਤਾਂ ਇਹੀ ਇਸੇ ਬਹੁਤ ਬਾਕੀ ਨੌਕਰੀ ਤੇ ਬਾਕੀ ਸੁਵਿਧਾਵਾਂ ਕਦੇ ਪੰਜਾਬ ਪੁਲਿਸ ਦਾ ਜਾਂ ਫੌਜ ਦਾ ਸੀ ਪਰਿਵਾਰ ਕੋਈ ਰੋਲ ਨਹੀਂ ਦਿੰਦੇ।
ਪਰਿਵਾਰ ਨੂੰ ਦੇਖ ਕੇ ਬਹੁਤ ਸਾਰੇ ਹੋਰ ਪਰਿਵਾਰਾਂ ਦੇ ਬੱਚਿਆਂ ਨੂੰ ਟੱਬਰ ਦੇ ਉੱਪਰ ਉੱਠ ਗਿਆ। ਜੇ ਪਰਿਵਾਰ ਨੂੰ ਅਸੀਂ ਸੰਭਾਲ ਲਿਆ ਤਾਂ ਕਹਿੰਦੇ ਠੀਕ ਹੈ ਯਾਰ, ਸਾਡੇ ਉਹਦੇ ਨਾਂ 'ਤੇ ਸਟੇਡੀਅਮ ਬਣ ਗਿਆ, ਨਾਂ ਹੋ ਗਿਆ। ਮੈਂ ਆਪਣੇ